ਸਤਿ ਸ੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨੂੰ ਕੀਤਾ ਗਿਆ ਜਨਤਕ। ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਖਿਮਾ ਯਾਚਨਾ, ਕਿਹਾ ਦਾਸ ਸਾਰੀਆਂ ਭੁੱਲਾਂ ਦਾ ਖਿਮਾ ਯਾਚਕ। ਗੁਰਦੁਆਰਾ ਟਾਹਲੀ ਸਾਹਿਬ ਵਿਖੇ ਵਾਪਰਿਆ ਹਾਦਸਾ, ਮੱਸਿਆ ਦੇ ਸਬੰਧ ਚ ਲਗਾਏ ਜਾ ਰਹੇ ਲੰਗਰ ਚ ਗਰਮ ਖੀਰ ਚ ਡਿੱਗਣ ਨਾਲ ਲੰਗਰ ਵਰਤਾ ਰਿਹਾ ਨੌਜਵਾਨ ਝੁਲਸਿਆ। ਟਾਂਡਾ ਚ ਇੱਕ ਲੜਕੀ ਨੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਜਬਰ ਜਨਾਹ ਤੋਂ ਪੀੜਤ ਲੜਕੀ ਮੁਲਜ਼ਮ ਦਿੰਦਾ ਸੀ ਜਾਨੋਂ ਮਾਰਨ ਦੀਆਂ ਧਮਕੀਆਂ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਬੰਧੀ ਚੱਲ ਰਹੇ ਵਿਵਾਦ ਸਬੰਧੀ ਜਿੱਥੇ ਬਾਗੀ ਧੜੇ ਵੱਲੋਂ 1 ਜੁਲਾਈ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ, ਉੱਥੇ ਹੀ 5 ਸਿੰਘ ਸਾਹਿਬਾਨਾਂ ਨੇ 15 ਜੁਲਾਈ ਨੂੰ ਇਕੱਤਰਤਾ ਕਰਕੇ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਾਸੋਂ ਸਪਸ਼ਟੀਕਰਨ ਮੰਗਿਆ ਸੀ। ਸਪਸ਼ਟੀਕਰਨ ਪ੍ਰੋਕਤ ਦੋਹਾਂ ਵੱਲੋਂ 24 ਜੁਲਾਈ ਨੂੰ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਸੌਂਪ ਦਿੱਤਾ ਗਿਆ ਸੀ ਤੇ ਇਹਨਾਂ ਦੋਵਾਂ ਦੇ ਸਪਸ਼ਟੀਕਰਨ ਜਥੇਦਾਰ ਗਿਆਨੀ ਰਘਵੀਰ ਸਿੰਘ ਵੱਲੋਂ ਜਨਤਕ ਕਰ ਦਿੱਤੇ ਗਏ ਨੇ। ਮਾਣਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ। ਮਾਣਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ, ਇਹ ਪੱਤਰ ਅੱਜ ਮਾਣਯੋਗ ਸਿੰਘ ਸਾਹਿਬ ਜਥੇਦਾਰ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰੈਸ ਨੂੰ ਜਨਤਕ ਕੀਤਾ ਜਾਂਦਾ। ਸੋ ਇਹ ਪ੍ਰੈਸ ਦੀਆਂ ਕਾਪੀਆਂ ਆਪ ਜੀ ਨੂੰ, ਇਸ ਪੱਤਰ ਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਅਤੇ ਇਹਦੇ ਬਾਰੇ ਮਾਣਯੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ 5 ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ। ਹਾਲੇ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਹੈ। ਮਾਣਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ। ਮਾਣਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ, ਇਹ ਪੱਤਰ ਅੱਜ ਮਾਣਯੋਗ ਸਿੰਘ ਸਾਹਿਬ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰੈਸ ਨੂੰ ਜਨਤਕ ਕੀਤਾ ਗਿਆ। ਸੋ ਇਹ ਪ੍ਰੈਸ ਦੀਆਂ ਕਾਪੀਆਂ ਆਪ ਜੀ ਨੂੰ, ਇਸ ਪੱਤਰ ਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਅਤੇ ਇਹਦੇ ਬਾਰੇ ਮਾਣਯੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ 5 ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ।
ਗੁਰਦੁਆਰਾ ਟਾਹਲੀ ਸਾਹਿਬ ਮੋਨਕਾ ਵਿਖੇ ਮੱਸਿਆ ਦੇ ਸਬੰਧ ਚ ਚੱਲ ਰਹੀ ਸੰਗਤ ਚ ਲੰਗਰ ਦੀ ਸੇਵਾ ਕਰਦੇ ਸਮੇਂ ਗਰਮ ਖੀਰ ਚ ਡਿੱਗਣ ਨਾਲ ਲੰਗਰ ਦੀ ਸੇਵਾ ਕਰ ਰਿਹਾ ਨੌਜਵਾਨ ਗੰਭੀਰ ਰੂਪ ਵਿਚ ਉਸ ਗਿਆ। ਉਸ ਨੂੰ ਵੇਵਜ਼ ਹਸਪਤਾਲ ਟਾਂਡਾ ਦੀ ਟੀਮ ਤੇ ਜਥੇਦਾਰ ਦਵਿੰਦਰ ਸਿੰਘ ਮੋਨਕ ਦੀ ਮਦਦ ਨਾਲ ਗੁਰੂ ਘਰ ਵਿਚ ਮੈਡੀਕਲ ਕੈਂਪ ਦਾ ਆਯੋਜਨ ਕਰਕੇ ਤੁਰੰਤ ਵੇਵਜ਼ ਹਸਪਤਾਲ ਚ ਦਾਖਲ ਕੀਤਾ ਗਿਆ। ਜ਼ਖਮੀ ਨੌਜਵਾਨ 22 ਸਾਲਾ ਅੰਮ੍ਰਿਤਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੋਢੀ ਮੋਨਕ ਕਲਾਂ ਨੇ ਦੱਸਿਆ ਕਿ ਉਹ ਲੰਗਰ ਦੀ ਸੇਵਾ ਕਰਦੇ ਸਮੇਂ ਖੀਰ ਦਾ ਲੰਗਰ ਵਰਤਾਉਂਦੇ ਹੀ ਉਸਦਾ ਅਚਾਨਕ ਪੈਰ ਤਿਲ ਗਿਆ ਤੇ ਉਹ ਪਤੀਲੇ ਚ ਡਿੱਗ ਗਿਆ ਤੇ ਗਰਮ ਖੀਰ ਉਸ ਉੱਤੇ ਪੈ ਗਈ ਜਿਸ ਨਾਲ ਉਸਦੀ ਗਰਦਨ, ਹੱਥ ਤੇ ਲੱਤਾਂ ਸੜ ਗਈਆਂ ਨੇ। ਇਸ ਸਬੰਧੀ ਜਦੋਂ ਡਾਕਟਰ ਲਵਪ੍ਰੀਤ ਸਿੰਘ ਪਾਲਬਾ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਸਦੇ ਸਰੀਰ ਦਾ 20% ਹਿੱਸਾ ਸੜ ਗਿਆ। ਜ਼ਿਲ੍ਹਾ ਫਿਰੋਜ਼ਪੁਰ ਦੇ SSP ਸੌਮਿਆ ਮਿਸ਼ਰਾ ਦੇ ਆਦੇਸ਼ਾਂ ਅਨੁਸਾਰ ਜਗ੍ਹਾ ਜਗ੍ਹਾ ਨਾਕੇਬੰਦੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿਖੇ ਪਿੰਡ ਸੁਧਾਰਾ ਨੇੜੇ ਰੇਲਵੇ ਫਾਟਕ ਦੇ ਕੋਲ ਟ੍ਰੈਫਿਕ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜਿੱਥੇ ਦੌਰਾਨ ਮੋਟਰਸਾਈਕਲ ਤੇ ਸਵਾਰ 3 ਵਿਅਕਤੀਆਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਉਹ ਪੁਲਿਸ ਨਾਲ ਹੀ ਉਲਝ ਗਏ। ਟ੍ਰੈਫਿਕ ਇੰਚਾਰਜ ਮੱਲਾਂਵਾਲਾ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਸੁਧਾਰਾ ਨੇ ਰੇਲਵੇ ਫਾਟਕ ਕੋਲ ਵਾਹਨਾਂ ਦੀ ਚੈਕਿੰਗ ਹੋ ਰਹੀ ਸੀ 3 ਵਿਅਕਤੀ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ ਜਦੋਂ ਉਹਨਾਂ ਨੇ ਰੋਕ ਕੇ ਮੋਟਰਸਾਈਕਲ ਦੇ ਕਾਗਜ਼ ਦਿਖਾਉਣ ਲਈ ਕਿਹਾ ਤਾਂ ਉਹਨਾਂ ਨਾਲ ਗਾਲੀ ਗਲੋਚ ਕਰਨ ਲੱਗੇ ਤੇ ਉਹਨਾਂ ਮੌਕੇ ਤੇ ਥਾਣਾ ਮੱਲਾਂਵਾਲਾ ਵਿੱਚ ਰਿਪੋਰਟ ਕਰਕੇ ਫੋਰਸ ਮੰਗਾਈ ਤੇ ਨਾ ਤਿੰਨੇ ਵਿਅਕਤੀਆਂ ਨੇ ਉਹਨਾਂ ਤੇ ਇੱਟਾਂ ਰੋੜੇ ਮਾਰਨੇ ਸ਼ੁਰੂ ਕੀਤੇ। ਉਹਨਾਂ ਨਾਲ ਹੱਥੋਂ ਪਾਈ ਕਰਕੇ ਉਹਨਾਂ ਦੀ ਵਰਦੀ ਨੂੰ ਵੀ ਹੱਥ ਪਾਇਆ ਗਿਆ ਤੇ ਜਾਨੋਂ ਮਾਰਨ ਦੇ ਧਮਕੇ ਦਿੱਤੀਆਂ ਗਈਆਂ। ਫਿਲਹਾਲ ਮੱਲਾਂਵਾਲਾ ਥਾਣਾ ਪੁਲਿਸ ਵੱਲੋਂ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੋਗਾ ਦੇ ਪਿੰਡ ਦੁਨੇਕੇ ਵਿੱਚ ਬੰਦੀ ਛੋੜ ਭਗਤੀ ਮੁਕਤੀ ਟਰੱਸਟ ਦੀ ਅਗਵਾਈ ਹੇਠ ਸੰਤ ਰਾਮਪਾਲ ਮਹਾਰਾਜ ਦੇ ਪੈਰੋਂਕਾਰਾਂ ਵੱਲੋਂ ਜ਼ਿਲ੍ਹਾ ਕੋਆਰਡੀਨੇਟਰ ਗੁਰਦੀਪ ਸਿੰਘ ਮੱਲੇਕੇ ਦੀ ਅਗਵਾਈ ਹੇਠ ਪਿੰਡ ਦੁਨੇਕੇ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਪਿੰਡ ਦੁਨੇਕੇ ਦੇ ਕੌਂਸਲਰ ਰਖਵੀਰ ਸਿੰਘ ਲੱਖਾ ਦੀ ਮੌਜੂਦਗੀ ਵਿੱਚ ਬਾਬਾ ਰਾਮਪਾਲ ਜੀ ਦੇ ਪੈਰੋਕਾਰਾਂ ਵੱਲੋਂ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਲਖਵੀਰ ਸਿੰਘ ਲੱਖਾ ਨੇ ਬਾਬਾ ਰਾਮਦੇਵ ਦੇ ਪੈਰੋਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਜੀ ਦੇ ਪੈਰੋਕਾਰਾਂ ਦਾ ਬਹੁਤ ਵੱਡਾ ਉਪਰਾਲਾ। ਇਸ ਮੌਕੇ ਤੇ ਉਹਨਾਂ ਐਡਵੋਕੇਟ ਗੁਰਦੀਪ ਸਿੰਘ ਮੱਲੇਕੇ ਦਾ ਵੀ ਧੰਨਵਾਦ ਕੀਤਾ। ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੜੇ ਜਾ ਰਹੇ ਝੂਠਾਂ ਦੇ ਸਰਕਾਰ ਵੱਲੋਂ ਸਰਕਾਰੀ ਗਵਾਹ ਬਣਾ ਕੇ ਪ੍ਰਦੀਪ ਕਲੇਰ ਨੂੰ ਬਚਾਉਣ ਦੇ ਨਾਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਵਿਰੋਧ ਚ ਮੋਗਾ ਚ ਅਕਾਲੀ ਵਰਕਰਾਂ ਦੀ ਇਕੱਤਰਤਾ ਹੋਈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ ਦੀ ਸਰਪ੍ਰਸਤੀ ਹੇਠ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਵੱਲੋਂ ਮੋਗਾ ਦੇ ਵਰਕਰਾਂ ਦਾ ਵੱਡਾ ਇਕੱਠ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਹੱਕ ਵਿਚ ਖੜ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਟਾਂਡਾ ਦੇ ਬੇਟ ਇਲਾਕੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਨਾਲ ਜਬਰ ਜਨਾਹ ਕਰਨ ਤੇ ਆਪਣੀ ਮਾਂ ਦੇ ਕੋਲੋਂ ਉਸ ਲੜਕੀ ਦੇ ਸਰੀਰ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ਾਂ ਤਹਿਤ ਟਾਂਡਾ ਪੁਲਿਸ ਨੇ ਉਸੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ। ਉਕਤ ਨੌਜਵਾਨ ਅਮਰੀਕਾ ਦੇ ਵਿੱਚ ਹੈ ਜਿਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਇਹ ਮਾਮਲਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੜਕੀ ਵੱਲੋਂ ਜ਼ਹਿਰੀਲਾ ਪਦਾਰਥ ਨਿਕਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੇ ਆਧਾਰ ਤੇ ਚੰਨਦੀਪ ਸਿੰਘ, ਚੰਨਦੀਪ ਦੇ ਪਿਤਾ ਰਾਮ ਸਿੰਘ ਉਰਫ ਦਵਿੰਦਰ ਸਿੰਘ ਤੇ ਮਾਤਾ ਸ਼ਰਨਜੀਤ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੀ ਮਾੜੀ ਮੋਟੀ ਕੁੜੀ ਦੇ ਨਾਲ ਆਪਾਂ ਉਹਦੇ ਨਾਲ ਸਾਨੂੰ ਇੰਨਾ ਮੈਨੂੰ ਪਤਾ ਨਹੀਂ ਹੈਗਾ। ਇਹ ਕੁੜੀ ਨੂੰ ਕਿਤੇ ਕੋਈ ਨਸ਼ੀਲੀ ਦਵਾਈ ਦੇ ਕੇ ਬਾਹਰ ਲੈ ਕੇ ਗਿਆ ਵਾ, ਬਾਹਰ ਉਹਦੇ ਨਾਲ ਕੋਈ ਰੇਪ ਕੀਤਾ। 17 ਸਾਲਾਂ ਦੀ ਕੁੜੀ ਸੀ ਮੇਰੀ, ਰੇਪ ਕੀਤਾ, ਬਾਅਦ ਵਿੱਚ ਉਹਦੀਆਂ ਫੋਟੋਆਂ ਫੋਟੋਆਂ ਲੈ ਕੇ ਉਹਨੂੰ ਧਮਕਾਉਂਦਾ ਰਿਹਾ। ਮੈਨੂੰ ਵੀ ਕੁਛ ਨਸ਼ੀਲੀ ਦਵਾਈ ਕੁੜੀ ਕੋ ਦਵਾ ਕੇ ਰੇਪ ਉੱਤੇ, ਘਰ ਵੀ ਆ ਕੇ ਕੁੜੀ ਨਾਲ ਗਲਤ ਹਰਕਤਾਂ ਕੀਤੀਆਂ। ਫਿਰ ਉਹ ਅਮੈਰੀਕਾ ਚਲਿਆ ਗਿਆ, ਅਮੈਰੀਕਾ ਚ ਚਲ ਗਿਆ। ਉਹਦੇ ਘਰਦਿਆਂ ਨੂੰ ਵੀ ਮੈਂ ਕਿਹਾ ਕਿ ਇੱਦਾਂ ਮਤਲਬ ਮੇਰੀ ਕੁੜੀ ਨਾਲ ਗੱਲ ਕਰਦਾ। ਘਰਦੇ ਕਹਿੰਦੇ ਅਸੀਂ ਕੋਈ ਗੱਲ ਨੀ, ਵਿਆਹ ਕਰ ਲੈਂਦੇ। ਜਦੋਂ ਤਰੀਕ ਰੱਖ ਕੇ ਘਰਦੇ ਵੀ ਮੁੱਕਰ ਗਏ, ਇਹਨਾਂ ਦੇ ਘਰਦੇ ਮੁੱਕਰ। ਫਿਰ 24 ਤਰੀਕ ਕੀ ਫਿਰ ਮੁੱਕਰ ਗਏ। ਫਿਰ ਮਾਂ ਨੇ ਨਾਲ ਹੋ ਕੇ ਕੁੜੀ ਸਾਡੇ ਘਰ ਆਉਂਦੀ ਰਹੀ, ਕੁੜੀ ਨੂੰ ਧਮਕਾਉਂਦੀ ਰਹੀ, ਵਿੱਚ ਮੁੰਡੇ ਦਾ ਫੋਨ ਲਵਾ ਕੇ ਕੁੜੀ ਕੋ ਵੀਡੀਓ ਬਣਵਾਉਂਦੀ ਰਹੀ, ਅੰਦਰ ਬਾਥਰੂਮ ਚ ਤੂੰ ਬਣਾ ਪਾ, ਨਹੀਂ ਤੇ ਤੇਰੀਆਂ ਸਾਰੇ ਸੋਸ਼ਲ ਮੀਡੀਆ ਚ ਪਾਉਣੇ। ਕੁੜੀ ਡਰਦੀ ਨਹੀਂ, ਪਾਉਂਦੀ ਰਹੀ, ਜੋ ਆਉਂਦੀ ਉਹ ਕਰਦੀ ਰਹੀ। ਉਹ ਨਿਆਣੀ ਸੀ ਜਦੋਂ ਉਸ ਕੁੜੀ ਨੇ ਮੈਨੂੰ ਦੱਸਿਆ, ਉਦੋਂ ਇਹਨਾਂ ਦੀ ਮਾਂ ਨੇ ਤੇ ਮੁੰਡੇ ਨੇ ਸਾਰੇ ਪਿਓ ਨੇ ਸਾਰੇ ਵਾਇਰਲ ਕਰ ਦਿੱਤੇ। ਪਿਓ ਦੇ ਫੋਨਾਂ ਵਿੱਚ ਵੀ ਫੋਟੋਆਂ ਨੇ, ਮਾਂ ਦੇ ਫੋਨਾਂ ਵਿੱਚ ਵੀ ਫੋਟੋਆਂ ਨੇ, ਸਾਰੇ ਹੀ ਇਹਨਾਂ ਨੇ ਵਾਇਰਲ ਕਰ ਦਿੱਤੀਆਂ ਨੇ। ਹੁਣ ਕੁੜੀ ਨੇ ਛੱਜ ਤੱਕ ਮਾਰ ਕੇ ਸੁੱਟ ਦਿੱਤੀ। ਅਸੀਂ ਐਚ ਐਸ ਤੇ ਪੇਸ਼ ਹੋਏ ਹਾਂ, ਟਾਂਡੇ ਵੀ ਆਪਣੀ ਦਰਖਾਸਤ ਦਿੱਤੀ ਆ, ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ। ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਮੁਹੱਲਾ ਸੁੰਦਰ ਨਗਰ ਤੇ ਪੁਰਹੀਰਾਂ ਤੋਂ ਲਾਪਤਾ ਹੋਏ 3 ਬੱਚਿਆਂ ਨੂੰ ਪੁਲਿਸ ਨੇ ਸਹੀ ਸਲਾਮਤ ਬਰਾਮਦ ਕੀਤਾ ਤੇ ਮਾਂ ਪਿਓ ਨੂੰ 2 ਦਿਨ ਪਹਿਲਾਂ ਮੁਹੱਲਾ ਸੁੰਦਰ ਨਗਰ ਤੋਂ 2 ਭਰਾ ਜਿਨ੍ਹਾਂ ਦੀ ਉਮਰ 13 ਸਾਲ ਤੇ 11 ਸਾਲ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਤੇ ਅੱਜ ਸਵੇਰੇ ਇੱਕ ਪਿੰਡ ਪੁਰਹੀਰਾਂ ਤੋਂ 5.5 ਸਾਲ ਦੀ ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਲਈ ਇਹ ਲਾਪਤਾ ਬੱਚੇ ਚੁਣੌਤੀ ਬਣ ਗਏ ਸਨ, ਜਿਸ ਨੂੰ ਗੰਭੀਰਤਾ ਨਾਲ ਲੈ ਕੇ DSP ਸਿਟੀ ਅਮਰਨਾਥ ਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਇਹਨਾਂ ਬੱਚਿਆਂ ਨੂੰ ਸਹੀ ਸਲਾਮਤ ਲੱਭ ਕੇ ਉਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਤੇ 5.5 ਸਾਲ ਦੀ ਬੱਚੀ ਨੂੰ ਪੁਲਿਸ ਨੇ ਮਹਿਜ਼ 2 ਘੰਟਿਆਂ 'ਚ ਲੱਭਣ 'ਚ ਕਾਮਯਾਬੀ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਦਾ ਧੰਨਵਾਦ ਕੀਤਾ। 2-3 ਘੰਟਿਆਂ ਰਿਕਵਰ ਕਰਕੇ ਅਸੀਂ ਪੇਰੈਂਟਸ ਦੇ ਹੈਂਡਓਵਰ ਕੀਤੀ ਹੈ। ਇਸ ਤੋਂ ਇਲਾਵਾ 2 ਬੱਚੇ ਹੋਰ ਮਿਸ ਸੀਗੇ ਜਿਹੜੇ ਕਿ ਉਹ ਵੀ ਅਸੀਂ ਪੇਰੈਂਟਸ ਦੇ ਸਪੁਰਦ ਕਰ ਦਿੱਤੇ ਆ ਰਿਕਵਰ ਕਰਕੇ ਬੜੀ ਜਦੋਜਹਿਦ ਨਾਲ, ਜੋ ਕਿ ਮਾਤਾ ਚਿੰਤਪੁਰਨੀ ਸਾਈਡ 'ਤੇ ਘੁੰਮ ਰਹੇ ਸੀ ਤਾਂ ਅਸੀਂ ਉਹਨਾਂ ਨੂੰ ਲਿਆ ਕੇ ਪੇਰੈਂਟਸ ਦੇ ਇਹਨਾਂ ਦੇ ਹੈਂਡਓਵਰ ਕਰਤੇ। ਸਰ ਬੱਚੇ ਤਾਂ ਤੁਸੀਂ 3 ਦੇ 3 ਵਾਪਸ ਦੇ ਹਵਾਲੇ ਕਰਦੇ ਆ, ਪਰ ਇੱਦਾਂ ਦੀ ਨੈਗਲੀਜੈਂਸੀ ਨੂੰ ਇੱਕ ਵਿਸ਼ਤਾ ਤਾਂ ਪੈਂਦੀ ਆ ਪੁਲਿਸ ਨੂੰ, ਸਰ ਉਹਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਪੇਰੈਂਟਸ? ਮੇਰੀ ਬੱਚਿਆਂ ਦੇ ਪੇਰੈਂਟਸ ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚੇ ਸੰਭਾਲ ਕੇ ਰੱਖਣ ਔਰ ਉਹਨਾਂ ਦੀ ਕੇਅਰ ਟੇਕ ਜਿਹੜੀ ਹੈ ਜਿੱਥੇ ਵੀ ਬੱਚਾ ਘਰੋਂ ਬਾਹਰ ਨਿਕਲਦਾ ਤਾਂ ਉੱਤੇ ਨਿਗਰਾਨੀ ਰੱਖੀ ਜਾਵੇ। ਹੁਣ ਇਹ ਸਰ ਇੱਕ ਸਾਰੇ ਬੱਚੇ ਸਹੀ ਸਲਾਮਤ ਮਿਲ ਗਏ ਜਾਂ ਵਾਪਸ ਕਰ? ਬੱਚੇ ਬਿਲਕੁਲ ਸਹੀ ਸਲਾਮਤ ਪੇਰੈਂਟਸ ਦੇ ਹਵਾਲੇ ਕਰ ਦਿੱਤੇ ਅਸੀਂ। ਚੀਫ਼ ਖਾਲਸਾ ਦੀਵਾਨ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਰਤਨ ਦਰਬਾਰ ਦਾ ਆਯੋਜਨ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ 5 ਪ੍ਰਸਿੱਧ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ, ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀ ਸਾਹਿਬ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਜੀ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਗੁਰਪੁਰਬ ਦੇ ਦਿਹਾੜੇ 'ਤੇ ਜੋ ਕਿ 29 ਜੁਲਾਈ ਨੂੰ ਸੀਗਾ, ਸੋ ਅਸੀਂ ਜਦੋਂ ਸਾਡਾ ਅਗਲਾ ਐਤਵਾਰ ਆਉਂਦਾ ਹੈ ਜੋ ਕਿ 4 ਅਗਸਤ ਨੂੰ ਉਹ ਐਤਵਾਰ ਆਇਆ ਤਾਂ ਅਸੀਂ ਉਹ ਮਨਾ ਰਹੇ ਹਾਂ। ਕੀਰਤਨ ਦਰਬਾਰ ਜਿਹੜਾ ਹਰ ਸਾਲ ਕਰਵਾਇਆ ਜਾਂਦਾ, ਇਸ ਸਾਲ ਅਸੀਂ ਇੱਕ ਅਲੱਗ ਕੰਮ ਕੀਤਾ ਕਿ ਜਿਹੜੇ ਸਕੂਲਾਂ ਦੇ ਬੱਚੇ ਨੇ ਅਸੀਂ ਪਹਿਲੇ 2 ਘੰਟੇ ਉਹਨਾਂ ਨੂੰ ਦਿੱਤੇ ਨੇ ਔਰ 6 ਸਕੂਲਾਂ ਦੇ ਬੱਚੇ ਵੱਡੇ ਵੱਡੇ ਜਥਿਆਂ ਦੇ ਵਿੱਚ ਕੀਰਤਨ ਕਰ ਰਹੇ ਨੇ। ਉਹਦੇ 'ਚ 20-20 ਮਿੰਟ ਦਾਂਗੇ ਸਭ ਨੂੰ, ਤਾਂ ਕਿ ਸਭ ਨੂੰ ਆਪਣਾ ਜਿਹੜਾ ਉਹਨਾਂ ਦੇ ਦਿਲ 'ਚ
ਪਿਆਰ ਹੈ ਪਰਮਾਤਮਾ ਵਾਸਤੇ, ਗੁਰੂ ਜੀ ਵਾਸਤੇ, ਉਹ ਪ੍ਰਗਟ ਕਰ ਸਕਣ। ਤੁਸੀਂ ਬਾਹਰ ਦੇਖਿਆ ਕੀਰਤਨ ਚੱਲ ਰਿਹਾ ਔਰ ਬਹੁਤ ਹੀ ਆਨੰਦਮਈ ਕੀਰਤਨ ਹੋ ਰਿਹਾ। ਲੋਕ ਸਾਰੇ ਟੀਚਰ, ਸਟੂਡੈਂਟ, ਬੱਚਿਆਂ ਦੇ ਮਦਰ ਫਾਦਰ ਤੇ ਸਾਰੇ ਆਏ ਹੋਏ ਨੇ, ਸੰਗਤ ਵੀ ਆਈ ਹੈ। ਅੰਮ੍ਰਿਤਸਰ ਦੇ ਨਵੇਂ ਬਣੇ DIG ਬਾਰਡਰ ਰੇਂਜ ਸਤਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਦੌਰਾਨ DIG ਬਾਰਡਰ ਰੇਂਜ ਨੇ ਏਰੀਆ ਦੇਣ ਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ 2 ਮੈਂਬਰ ਇੱਕ ਆਜ਼ਾਦ ਪੱਤਰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਲਈ ਪਹੁੰਚੇ। ਉੱਥੇ ਹੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਤੇ ਆਪਣਾ ਮੰਗ ਪੱਤਰ ਦਿੱਤਾ। ਇਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਉਹਨੇ ਕਿਹਾ ਕਿ ਜੋ ਸੋਸ਼ਲ ਮੀਡੀਆ ਤੇ ਚਰਚਾ ਹੈ ਪ੍ਰਦੀਪ ਕਲੇਰ ਦੀ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਉਹ ਚੋਰੀ ਛਿਪੇ ਮਿਲਦਾ ਰਿਹਾ ਰਾਮ ਰਹੀਮ ਨੂੰ, ਇਸ ਤਰ੍ਹਾਂ ਉਹਨਾਂ ਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਯਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਢੋਂਗ ਸੀ ਰਚਿਆ, ਜਿਹੜਾ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਸਰਵਉੱਚਤਾ ਨੂੰ ਵੰਗਾ ਰਿਹਾ ਤੇ ਪਰਵਾਹ ਨਹੀਂ ਕੀਤੀ ਤੇ ਉਹਨਾਂ ਦੇ ਖਿਲਾਫ਼ ਉਹ ਆਜ਼ਾਦ ਪੱਤਰ ਦੇਣ ਦੇ ਲਈ ਇੱਥੇ ਪਹੁੰਚੇ। ਜੋ ਸੋਸ਼ਲ ਮੀਡੀਆ ਤੇ ਚਰਚਾ ਹੈ ਪ੍ਰਦੀਪ ਕਲੇਰ ਦੀ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਚੋਰੀ ਛਿਪੇ ਮਿਲਦਾ ਰਿਹਾ ਰਾਮ ਰਹੀਮ ਨੂੰ, ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਯਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਸੀ ਢੋਂਗ ਸਾਰਾ ਰਚਿਆ, ਜਿਹੜਾ ਉਹਨੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਰਵਉੱਚਤਾ ਨੂੰ ਵੰਗਾਰਿਆ ਹੈ, ਪਰਵਾਹ ਨਹੀਂ ਕੀਤੀ ਉਹਨੇ, ਉਹਦੇ ਖਿਲਾਫ਼ ਅਸੀਂ ਆਜ਼ਾਦ ਪੱਤਰ ਦੇ ਕੇ ਆਏ ਸਿੰਘ ਸਾਹਿਬ ਨੂੰ, ਨਾਲ ਪੈਨਡਰਾ ਵੀ ਦਿੱਤੀ ਆ ਸਾਰੀ, ਜਿਹਦੇ ਵਿੱਚ ਉਹ ਜਿਹੜੀਆਂ 3 ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ। ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਵੀ ਇਹਦੀ ਜਾਂਚ ਕਰਵਾਈ ਜਾਵੇ, ਕਿਉਂਕਿ ਇੱਕ ਧਿਰ ਦਾ ਹੈ ਨਾ ਉਹਨਾਂ ਦੇ, ਉਹਨਾਂ ਦੀ ਵੀਡੀਓ ਆ, ਉਹਦੀ ਜਾਂਚ ਕਰਕੇ ਦੋਸ਼ ਸਾਬਤ ਹੋਣ 'ਤੇ ਸਖ਼ਤ ਤੋਂ ਸਖ਼ਤ ਜਿਹੜੀ ਉਹ ਸਜ਼ਾ ਦਿੱਤੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕੀਤੀ ਗਈ। ਇਸ ਦੌਰਾਨ ਉਹਨਾਂ ਸੰਗਤ ਨੂੰ ਗੁਰੂ ਸਾਹਿਬਾਨ ਵੱਲੋਂ ਦਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਵਿਸ਼ਵ ਪ੍ਰਸਿੱਧ ਸ਼ਕਤੀ ਪੀਠ ਸ੍ਰੀ ਨੈਣਾ ਦੇਵੀ ਮੰਦਿਰ ਵਿਖੇ ਅੱਜ ਤੋਂ ਸੌਣ ਅਸ਼ਟਮੀ ਮੇਲਾ ਸਵੇਰ ਦੀ ਆਰਤੀ ਨਾਲ ਬੜੀ ਧੂਮਧਾਮ ਨਾਲ ਸ਼ੁਰੂ ਹੋਇਆ। ਸੌਣ ਅਸ਼ਟਮੀ ਮੇਲਾ ਨਵਰਾਤਰੀ 5 ਅਗਸਤ ਤੋਂ 15 ਅਗਸਤ ਤੱਕ ਮਨਾਇਆ ਜਾਏਗਾ। ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੰਦਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਤੇ 20 ਦੇ ਕਰੀਬ ਕਾਰੀਗਰ ਲਗਾਤਾਰ ਮੰਦਿਰ ਦੀ ਸਜਾਵਟ ਦੇ ਵਿੱਚ ਵੀ ਲੱਗੇ ਹੋਏ ਨੇ। ਹਿਮਾਚਲ ਪ੍ਰਦੇਸ਼ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਜ਼ਿਲ੍ਹਾ ਪ੍ਰਸ਼ਾਸਨ, ਮੰਦਿਰ ਟਰੱਸਟ, ਨਗਰ ਕੌਂਸਲ ਤੇ ਹੋਰ ਵਿਭਾਗਾਂ ਨੇ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਕਰੀਬ 1200 ਪੁਲਿਸ ਕਰਮਚਾਰੀ ਤੇ ਹੋਮਗਾਰਡ ਦੇ ਕਰਮਚਾਰੀ ਮੰਦਿਰ ਦੇ ਖੇਤਰ ਵਿੱਚ ਤਾਇਨਾਤ ਨੇ ਤੇ ਵੱਖ ਵੱਖ ਥਾਵਾਂ ਤੇ CCTV ਕੈਮਰੇ ਲਗਾਏ ਗਏ ਨੇ ਤਾਂ ਜੋ ਸਮਾਜਿਕ ਤੱਤਾਂ ਤੇ ਬਾਇਓ ਵੇਸ ਤੇ ਨਜ਼ਰ ਰੱਖੀ ਜਾ ਸਕੇ। ਸਾਦੇ ਕੱਪੜਿਆਂ ਵਿੱਚ ਪੁਲਿਸ ਵਾਲੇ ਵੀ ਮੰਦਿਰ ਦੇ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਨੇ। ਪਹਿਲੀ ਨਵਰਾਤਰੇ ਦੇ ਮੌਕੇ ਤੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ ਹੈ ਤੇ ਮੰਦਿਰ ਦੇ ਸੁਰੱਖਿਆ ਕਰਮਚਾਰੀ ਮਾਤਾ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਲਾਈਨਾਂ ਵਿੱਚ ਖੜਾ ਕਰਦੇ ਵੇਖੇ ਗਏ। ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ।
ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।